ਨਹੀਂ ਦੇਖੋ ਇਹ ਤਾਂ ਜਿਹੜੀ ਕੋਈ ਪੰਜਾਬ ਦੀ ਜੇਲ੍ਹ ਨਹੀਂ ਜਿਹੜਾ ਕਿਉਂਕਿ ਜਿਹੜਾ ਲਾਰੈਂਸ ਬਿਸ਼ਨੋਈ ਹੈ ਤੁਹਾਨੂੰ ਪਤਾ ਹੀ ਹੈ ਕਿ ਇਹ ਤਾਂ ਦੋ ਤਿੰਨ ਦਿਨ ਪਹਿਲਾਂ ਹੀ ਇੱਥੇ ਆਇਆ ਔਰ ਉਹ ਜਿਹੜੀ ਉੱਥੇ ਬਠਿੰਡਾ ਜੇਲ੍ਹ 'ਚ ਹੈ ਔਰ ਬਠਿੰਡਾ ਜੇਲ੍ਹ ਦੇ ਵਿੱਚ ਵੈਸੇ ਹੀ ਜੈਮਸ ਵਗੈਰਾ ਨੇ ਔਰ ਉੱਥੋਂ ਵੀ ਵੇਰੀਫਾਈ ਕੀਤਾ ਉੱਥੇ ਕੋਈ ਇਹੋ ਜਿਹੀ ਇੰਟਰਵਿਊ ਆ ਉੱਥੇ ਮੋਬਾਈਲ ਚੱਲਦਾ ਹੀ ਨਹੀਂ ਗਾ ਇਨਫੈਕਟ ਉਹ ਜੈਮਰ ਨੇ ਤਾਂ 2 ਕਿਲੋਮੀਟਰ ਦੇ ਰੇਡੀਅਸ 'ਚ ਨਹੀਂ ਚੱਲਦੇ ਸੋ ਕਿਤੇ ਬਾਹਰ ਹੋਈ ਹੈ ਉਹ ਬਾਕੀ ਚੀਜ਼ਾਂ ਕਹਿ ਰਹੇ ਕਿਸੇ ਥਾਣੇ ਦੇ ਰਿਮਾਂਡ ਦੇ ਦੌਰਾਨ ਇਹ ਇੰਟਰਵਿਊ ਹੈ ਵੀਡੀਓ ਕਾਲ ਰਹੀ ਹੋਈ ਹੈ ਨਹੀਂ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਉਹ ਫੈਕਟਸ ਜਿਹੜੇ ਨੇ ਉਹ ਜਿਹੜੇ ਉਹ ਬਾਅਦ ਦੇ ਫੈਕਟਸ ਨੇ ਕਿਉਂਕਿ ਇਸ ਤੋਂ ਬਾਅਦ ਆਊਟ ਆਫ ਸਟੇਟ ਰਿਹਾ ਬਾਹਰ ਰਿਹਾ ਕਾਫੀ ਦੇਰ ਕੋਈ ਰਾਜਸਥਾਨ ਵਗੈਰਾ ਸੀ ਕੀ ਲੱਗਦਾ ਕਿੱਥੋਂ ਦੀ ਹੋ ਸਕਦੀ ਹੈ ਕੋਈ ਆਈਡੀਆ ਦੇਖਣਾ ਉਹ ਇਨਵੈਸਟੀਗੇਟ ਹੋ ਜਾਏਗਾ ਤੁਸੀਂ ਪਰਿਵਾਰ ਨੂੰ ਮਿਲੇ ਹੋਈ ਹੈ ਕੀ ਉਹਨਾਂ ਦੇ ਗਿਲੇ ਸ਼ਿਕਵੇ ਕਾਫੀ ਦੇਖੋ ਨਾਰਮਲੀ ਅਸੀਂ ਪਰਿਵਾਰ ਨੂੰ ਮਿਲਦੇ ਰਹੀਦਾ ਕਿਉਂਕਿ ਇਨਵੈਸਟੀਗੇਸ਼ਨ ਦੇ ਅਸੀਂ ਸਾਰੀ ਟੀਮ ਹੈਗੀ ਹੈ ਔਰ ਉਸ ਐਂਗਲ ਤੋਂ ਅਸੀਂ ਮਿਲਦੇ ਰਹੀਦਾ ਔਰ ਵੈਸੇ ਵੀ ਜਿਹੜਾ ਸਕਿਉਰਿਟੀ ਐਂਗਲ ਹੈ ਹੋਰ ਸਾਰੀਆਂ ਆਸਪੈਕਟਸ ਦੇ ਵਿੱਚ ਮਿਲਦੇ ਆ ਉਹਦੀ ਮੈਂ ਤੁਹਾਨੂੰ ਡਿਟੇਲ ਇਸ ਪੁਆਇੰਟ 'ਤੇ ਕੈਮਰੇ 'ਚ ਵੀ ਦੱਸ ਸਕਦਾ ਪੰਜਾਬੀ ਗਾਇਕ ਦੇ ਉਹਨਾਂ ਨੇ ਨਾਰਕੋ ਟੈਸਟ ਦੀ ਮੰਗ ਕੀਤੀ ਸੀ ਕਿੱਥੋਂ ਤੱਕ ਪਹੁੰਚੀ ਹੋਊਗਾ ਚੀਜ਼ਾਂ ਹੁੰਦੀਆਂ ਮੈਂ ਤੁਹਾਡੇ ਇਸ 'ਤੇ ਪੂਰੀ ਡਿਟੇਲ ਵੀ ਕਰ ਸਕਦਾ ਸੋ ਪਰਿਵਾਰ ਠੀਕ ਹੈਗਾ ਔਰ ਉਹਨਾਂ ਨਾਲ ਗੱਲਬਾਤ ਹੋਈ ਹੈ ਐਂਡ ਅਸੀਂ ਜਿਹੜੀ ਹੈ ਨੋਰਮਲੀ ਮਿਲਦੇ ਰਹੀਦਾ ਔਰ ਚੀਜ਼ਾਂ ਜਿਹੜੀਆਂ ਉਹਨਾਂ ਨਾਲ ਡਿਸਕਸ ਕਰਦੇ ਰਹਿੰਦੇ ਹਾਂ ਫੋਰ ਇਨਵੈਸਟੀਗੇਸ਼ਨ ਸਕਿਉਰਿਟੀ ਔਰ ਬਾਕੀ ਆਸਪੈਕਟਸ ਪਰਿਵਾਰ ਦੇ ਗਿਲੇ ਸ਼ਿਕਵੇ ਕਦੋਂ ਤੱਕ ਦੂਰ ਹੋ ਸਕਦੇ ਜੀ ਦੇਖੋ ਜਿਹੜੀਆਂ ਮਸਲੇ ਜਿਹੜੇ ਹੈ ਸੋ ਆਟੋਮੈਟਿਕਲੀ ਤੁਹਾਨੂੰ ਪਤਾ ਹੈ ਬਹੁਤ ਵੱਡੀ ਉਸ ਇੰਸੀਡੈਂਟ ਹੋਇਆ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਜਿਹੜੀ ਸਾਡੀ ਇਨਵੈਸਟੀਗੇਸ਼ਨ 'ਚ ਆਲਮੋਸਟ 29 ਤੋਂ ਵੱਧ ਜਿਹੜੇ ਕ੍ਰਿਮੀਨਲ ਆਲਰੇਡੀ ਅਰੈਸਟ ਹੋ ਚੁੱਕੇ ਆ ਬਾਕੀ ਦੇ ਜਿਹੜੇ ਬਾਹਰ ਨੇ ਉਹਨਾਂ ਦੇ ਨਾਲ ਬਾਕੀ ਏਜੰਸੀਜ਼ ਦੇ ਨਾਲ ਤਾਲਮੇਲ ਕਰਕੇ ਵੀ ਉਹਨਾਂ ਨੂੰ ਅਸੀਂ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਬਾਕੀ ਸਾਰਾ ਜਿਹੜਾ ਉਹ ਅਸੀਂ ਆਲਰੇਡੀ 2 ਚਲਾਨ ਵੀ ਦੇ ਚੁੱਕੇ ਹੈਗੇ ਹਾਂ ਸੋ ਇਹ ਜਿਹੜੀਆਂ ਆਲਮੋਸਟ ਜਿਹੜਾ ਕਿਉਂਕਿ ਬਾਹਰ ਦੇ ਵਿੱਚ ਉੱਥੇ ਡਿਫਰੈਂਟ ਲਾਅ ਹੁੰਦਾ ਸੋ ਇਟ ਵਿਲ ਟੇਕ ਟਾਈਮ ਐਂਡ ਅਲਟੀਮੇਟਲੀ ਜਿਹੜਾ ਹੈ ਉਹ ਇੱਕ ਲੌਜੀਕਲ ਐਂਡ ਤੱਕ ਆ ਸਰ ਸਿੱਧੂ ਮੂਸੇਵਾਲਾ ਐਸ ਆਈ ਟੀ ਬਣੀ ਆ ਤੁਸੀਂ ਐਸ ਆਈ ਟੀ ਦੇ ਮੁਖੀ ਹੋ ਇੱਕ ਤਾਂ ਸਿੱਧੂ ਮੂਸੇਵਾਲਾ ਦੇ ਮੇਨ ਅਕਿਊਜ਼ਾਂ ਨੇ 2 ਬੰਦੇ ਜੇਲ੍ਹ 'ਚ ਮਾਰ ਦਿੱਤੇ ਮਨ ਮਰਜ਼ੀ ਚੱਲਦੀ ਹੈ ਉਹਨਾਂ ਦੀ ਹੁਣ ਲਾਰੈਂਸ ਲਾਈਵ ਹੋ ਗਿਆ ਕਿਸੇ ਚੈਨਲ ਨੂੰ ਇੰਟਰਵਿਊ ਦੇ ਰਹੇ ਆ ਫਿਰ ਕਿੱਥੇ ਰਹਿ ਗਿਆ ਜੀ ਇਨਸਾਫ ਕਿਵੇਂ ਮਿਲੇਗਾ ਇਸ ਪਰਿਵਾਰ ਨੂੰ ਜਦੋਂ ਜਿਹੜੇ ਦੋਸ਼ੀ ਆ ਉਹ ਆਪਣੀ ਮਨ ਮਰਜ਼ੀ ਨਾਲ ਹਰ ਚੀਜ਼ ਪੂਰੀ ਕਰਦੇ ਆ ਦੇਖੋ ਜੇਲ੍ਹਾਂ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਅਲੱਗ ਵਿੰਗ ਹੁੰਦਾ ਔਰ ਜੇਲ੍ਹਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਲੋਕ ਕ੍ਰਿਮੀਨਲ ਜਿਹੜੇ ਆ ਉਹ ਉੱਥੇ ਬੰਦ ਨੇ ਔਰ ਆਪਸ ਦੇ ਵਿੱਚ ਹੀ ਪਹਿਲਾਂ ਸਾਰੇ ਇਸੇ ਕੇਸ 'ਚ ਹੀ ਬੰਦ ਸੀਗੇ ਆਪਸ ਦੇ ਵਿੱਚ ਹੀ ਕੌਨਫਲਿਕਟ ਹੋਇਆ ਲੜੇ ਨੇ ਔਰ ਜਿੱਥੋਂ ਤੱਕ ਇਹ ਹੈਗਾ ਕਿ ਵੀਡੀਓ ਵਗੈਰਾ ਉਹਦੀ ਅਸੀਂ ਇਨਵੈਸਟੀਗੇਟ ਕਰਦੇ ਹਾਂ ਔਰ ਇਹ ਲੇਕਿਨ ਬਠਿੰਡੇ ਜਾਂ ਇਸ ਸਾਡੇ ਏਰੀਏ ਦੇ ਨਹੀਂ ਸਰ ਜ਼ਿਲ੍ਹਿਆਂ ਦੇ ਵਿੱਚ ਜੈਂਬਰ ਨਹੀਂ ਲੱਗੇ ਹੈਗੇ ਨੂੰ ਲੈ ਕੇ ਲਗਾਤਾਰ ਕੋਈ ਨਾ ਕੋਈ ਵੀਡੀਓ ਜਿਹੜੀ ਸਾਹਮਣੇ ਆਉਂਦੀ ਜਿੱਥੇ ਹੁਣ ਰੱਖਿਆ ਹੋਇਆ ਉੱਥੇ ਉਹ ਲੱਗੇ ਹੋਏ ਨੇ ਜੈਂਬਰ ਔਰ ਬਿਲਕੁਲ ਜਿਹੜਾ ਉਹ ਸਿਕਿਓਰ ਹੈ ਥੈਂਕ ਯੂ ਨਹੀਂ ਦੇਖੋ ਇਹ ਤਾਂ ਜਿਹੜੀ ਕੋਈ ਪੰਜਾਬ ਦੀ ਜੇਲ੍ਹ ਨਹੀਂ ਜਿਹੜਾ ਕਿਉਂਕਿ ਜਿਹੜਾ ਲਾਰੈਂਸ ਬਿਸ਼ਨੋਈ ਹੈ ਤੁਹਾਨੂੰ ਪਤਾ ਹੀ ਹੈ ਕਿ ਇਹ ਤਾਂ 2-3 ਦਿਨ ਪਹਿਲਾਂ ਹੀ ਇੱਥੇ ਆਇਆ ਔਰ ਉਹ ਜਿਹੜੀ ਉੱਥੇ ਬਠਿੰਡਾ ਜੇਲ੍ਹ 'ਚ ਹੈ ਔਰ ਬਠਿੰਡਾ ਜੇਲ੍ਹ ਦੇ ਵਿੱਚ ਵੈਸੇ ਹੀ ਜੈਮਸ ਵਗੈਰਾ ਨੇ ਔਰ ਉੱਥੋਂ ਵੀ ਵੇਰੀਫਾਈ ਕੀਤਾ ਉੱਥੇ ਕੋਈ ਇਹੋ ਜਿਹੀ ਇੰਟਰਵਿਊ ਆ ਉੱਥੇ ਮੋਬਾਈਲ ਚੱਲਦਾ ਹੀ ਨਹੀਂ ਗਾ ਇਨਫੈਕਟ ਉਹ ਜੈਮਰ ਨੇ ਤਾਂ 2 ਕਿਲੋਮੀਟਰ ਦੇ ਰੇਡੀਅਸ 'ਚ ਨਹੀਂ ਚੱਲਦੇ ਸੋ ਕਿਤੇ ਬਾਹਰ ਹੋਈ ਹੈ ਉਹ ਬਾਕੀ ਚੀਜ਼ਾਂ ਕਹਿ ਰਹੇ ਕਿਸੇ ਥਾਣੇ ਦੇ ਰਿਮਾਂਡ ਦੇ ਦੌਰਾਨ ਇਹ ਇੰਟਰਵਿਊ ਹੈ ਵੀਡੀਓ ਕਾਲ ਰਹੀ ਹੋਈ ਹੈ ਨਹੀਂ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਉਹ ਫੈਕਟਸ ਜਿਹੜੇ ਨੇ ਉਹ ਜਿਹੜੇ ਉਹ ਬਾਅਦ ਦੇ ਫੈਕਟਸ ਨੇ ਕਿਉਂਕਿ ਇਸ ਤੋਂ ਬਾਅਦ ਆਊਟ ਆਫ ਸਟੇਟ ਬਾਹਰ ਰਿਹਾ ਕਾਫੀ ਦੇਰ ਕੀ ਲੱਗਦਾ ਕਿੱਥੋਂ ਦੀ ਹੋ ਸਕਦੀ ਹੈ ਕੋਈ ਆਈਡੀਆ ਦੇਖਣਾ ਉਹ ਇਨਵੈਸਟੀਗੇਟ ਹੋ ਜਾਏਗਾ ਤੁਸੀਂ ਪਰਿਵਾਰ ਨੂੰ ਮਿਲੇ ਹੋਈ ਹੈ ਕੀ ਉਹਨਾਂ ਦੇ ਗਿਲੇ ਸ਼ਿਕਵੇ ਕਾਫੀ ਦੇਖੋ ਨਾਰਮਲੀ ਅਸੀਂ ਪਰਿਵਾਰ ਨੂੰ ਮਿਲਦੇ ਰਹੀਦਾ ਕਿਉਂਕਿ ਇਨਵੈਸਟੀਗੇਸ਼ਨ ਦੇ ਅਸੀਂ ਸਾਰੀ ਟੀਮ ਹੈਗੀ ਹੈ ਔਰ ਉਸ ਐਂਗਲ ਤੋਂ ਅਸੀਂ ਮਿਲਦੇ ਰਹੀਦਾ ਔਰ ਵੈਸੇ ਵੀ ਜਿਹੜਾ ਸਕਿਉਰਿਟੀ ਐਂਗਲ ਹੈ ਹੋਰ ਸਾਰੀਆਂ ਆਸਪੈਕਟਸ ਦੇ ਵਿੱਚ ਮਿਲਦੇ ਆ ਉਹਦੀ ਮੈਂ ਤੁਹਾਨੂੰ ਡਿਟੇਲ ਇਸ ਪੁਆਇੰਟ 'ਤੇ ਕੈਮਰੇ 'ਚ ਵੀ ਦੱਸ ਸਕਦਾ ਪੰਜਾਬੀ ਗਾਇਕ ਦੇ ਉਹਨਾਂ ਨੇ ਨਾਰਕੋ ਟੈਸਟ ਦੀ ਮੰਗ ਕੀਤੀ ਸੀ ਕਿੱਥੋਂ ਤੱਕ ਪਹੁੰਚੀ ਹੋਊਗਾ ਦੇਖੋ ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦੀਆਂ ਮੈਂ ਤੁਹਾਡੇ ਇਸ 'ਤੇ ਪੂਰੀ ਸੋ ਪਰਿਵਾਰ ਠੀਕ ਹੈਗਾ ਔਰ ਉਹਨਾਂ ਨਾਲ ਗੱਲਬਾਤ ਹੋਈ ਹੈ ਐਂਡ ਅਸੀਂ ਜਿਹੜੀ ਹੈ ਨੋਰਮਲੀ ਮਿਲਦੇ ਰਹੀਦਾ ਔਰ ਕਾਫੀ ਚੀਜ਼ਾਂ ਜਿਹੜੀਆਂ ਉਹਨਾਂ ਨਾਲ ਡਿਸਕਸ ਕਰਦੇ ਰਹਿੰਦੇ ਹਾਂ ਫੋਰ ਇਨਵੈਸਟੀਗੇਸ਼ਨ ਸਕਿਉਰਿਟੀ ਔਰ ਬਾਕੀ ਆਸਪੈਕਟਸ ਪਰਿਵਾਰ ਦੇ ਗਿਲੇ ਸ਼ਿਕਵੇ ਕਦੋਂ ਤੱਕ ਦੂਰ ਹੋ ਸਕਦੇ ਜੀ ਦੇਖੋ ਜਿਹੜੀਆਂ ਮਸਲੇ ਜਿਹੜੇ ਹੈ ਉਹ ਆਟੋਮੈਟਿਕਲੀ ਤੁਹਾਨੂੰ ਪਤਾ ਹੈ ਬਹੁਤ ਵੱਡੀ ਉਸ ਇੰਸੀਡੈਂਟ ਹੋਇਆ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਜਿਹੜੀ ਸਾਡੀ ਇਨਵੈਸਟੀਗੇਸ਼ਨ 'ਚ ਆਲਮੋਸਟ 29 ਤੋਂ ਵੱਧ ਜਿਹੜੇ ਕ੍ਰਿਮੀਨਲ ਆਲਰੇਡੀ ਅਰੈਸਟ ਹੋ ਚੁੱਕੇ ਆ ਬਾਕੀ ਦੇ ਜਿਹੜੇ ਬਾਹਰ ਨੇ ਉਹਨਾਂ ਦੇ ਨਾਲ ਬਾਕੀ ਏਜੰਸੀਜ਼ ਦੇ ਨਾਲ ਤਾਲਮੇਲ ਕਰਕੇ ਵੀ ਉਹਨਾਂ ਨੂੰ ਅਸੀਂ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਬਾਕੀ ਸਾਰਾ ਜਿਹੜਾ
ਉਹ ਅਸੀਂ ਆਲਰੇਡੀ ਦੋ ਚਲਾਨ ਵੀ ਦੇ ਚੁੱਕੇ ਹੈਗੇ ਹਾਂ ਸੋ ਇਹ ਜਿਹੜੀਆਂ ਆਲਮੋਸਟ ਜਿਹੜਾ ਕਿਉਂਕਿ ਬਾਹਰ ਦੇ ਵਿੱਚ ਉੱਥੇ ਡਿਫਰੈਂਟ ਲਾਅ ਹੁੰਦਾ ਸੋ ਇਟ ਵਿਲ ਟੇਕ ਟਾਈਮ ਐਂਡ ਅਲਟੀਮੇਟਲੀ ਜਿਹੜਾ ਹੈ ਉਹ ਇੱਕ ਲੌਜੀਕਲ ਐਂਡ ਤੱਕ ਆ ਸਰ ਸਿੱਧੂ ਮੂਸੇਵਾਲਾ ਜਿਹ ਐਸ ਆਈ ਟੀ ਬਣੀ ਆ ਤੁਸੀਂ ਐਸ ਆਈ ਟੀ ਦੇ ਮੁਖੀ ਹੋ ਇੱਕ ਤਾਂ ਸਿੱਧੂ ਮੂਸੇਵਾਲਾ ਦੇ ਮੇਨ ਅਕਿਊਜ਼ਾਂ ਨੇ ਦੋ ਬੰਦੇ ਜੇਲ੍ਹ 'ਚ ਮਾਰ ਦਿੱਤੇ ਮਨ ਮਰਜ਼ੀ ਚੱਲਦੀ ਆ ਉਹਨਾਂ ਦੀ ਹੁਣ ਲਾਰੈਂਸ ਲਾਈਵ ਹੋ ਗਿਆ ਕਿਸੇ ਚੈਨਲ ਨੂੰ ਇੰਟਰਵਿਊ ਦੇ ਰਿਹਾ ਫਿਰ ਕਿੱਥੇ ਰਹਿ ਗਿਆ ਜੀ ਇਨਸਾਫ ਕਿਵੇਂ ਮਿਲੇਗਾ ਇਸ ਪਰਿਵਾਰ ਨੂੰ ਜਦੋਂ ਜਿਹੜੇ ਦੋਸ਼ੀ ਆ ਉਹ ਆਪਣੀ ਮਨ ਮਰਜ਼ੀ ਨਾਲ ਹਰ ਚੀਜ਼ ਪੂਰੀ ਕਰਦੇ ਆ ਦੇਖੋ ਜੇਲ੍ਹਾਂ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਅਲੱਗ ਵਿੰਗ ਹੁੰਦਾ ਔਰ ਜੇਲ੍ਹਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਲੋਕ ਕ੍ਰਿਮੀਨਲ ਜਿਹੜੇ ਆ ਉਹ ਉੱਥੇ ਬੰਦ ਨੇ ਔਰ ਆਪਸ ਦੇ ਵਿੱਚ ਹੀ ਪਹਿਲਾਂ ਸਾਰੇ ਇਸੇ ਕੇਸ 'ਚ ਹੀ ਬੰਦ ਸੀਗੇ ਆਪਸ ਦੇ ਵਿੱਚ ਹੀ ਕੌਨਫਲਿਕਟ ਹੋਇਆ ਲੜੇ ਨੇ ਔਰ ਜਿੱਥੋਂ ਤੱਕ ਇਹ ਹੈਗਾ ਕਿ ਵੀਡੀਓ ਵਗੈਰਾ ਉਹਦੀ ਅਸੀਂ ਇਨਵੈਸਟੀਗੇਟ ਕਰਦੇ ਹਾਂ ਔਰ ਇਹ ਲੇਕਿਨ ਬਠਿੰਡੇ ਜਾਂ ਇਸ ਸਾਡੇ ਏਰੀਏ ਦੇ ਨਹੀਂ ਸਰ ਜ਼ਿਲ੍ਹਿਆਂ ਦੇ ਵਿੱਚ ਜੈਂਬਰ ਨਹੀਂ ਲੱਗੇ ਹੈਗੇ ਉਸ ਦੇ ਵਿੱਚ ਫੌਜ ਨੂੰ ਲੈ ਕੇ ਲਗਾਤਾਰ ਕੋਈ ਨਾ ਕੋਈ ਵੀਡੀਓ ਜਿਹੜੀ ਸਾਹਮਣੇ ਆਉਂਦੀ ਜਿੱਥੇ ਹੁਣ ਰੱਖਿਆ ਹੋਇਆ ਉੱਥੇ ਉਹ ਲੱਗੇ ਹੋਏ ਨੇ ਜੈਂਬਰ ਔਰ ਬਿਲਕੁਲ ਜਿਹੜਾ ਉਹ ਸਿਕਿਓਰ ਹੈ ਥੈਂਕ ਯੂ ਠੀਕ ਹੈ ਸਰ ਥੈਂਕ ਯੂ ਨਹੀਂ ਦੇਖੋ ਇਹ ਤਾਂ ਜਿਹੜੀ ਕੋਈ ਪੰਜਾਬ ਦੀ ਜੇਲ੍ਹ ਨਹੀਂ ਜਿਹੜਾ ਕਿਉਂਕਿ ਜਿਹੜਾ ਲਾਰੈਂਸ ਬਿਸ਼ਨੋਈ ਹੈ ਤੁਹਾਨੂੰ ਪਤਾ ਹੀ ਹੈ ਕਿ ਇਹ ਤਾਂ ਦੋ ਤਿੰਨ ਦਿਨ ਪਹਿਲਾਂ ਹੀ ਇੱਥੇ ਆਇਆ ਔਰ ਉਹ ਜਿਹੜੀ ਉੱਥੇ ਬਠਿੰਡਾ ਜੇਲ੍ਹ 'ਚ ਹੈ ਔਰ ਬਠਿੰਡਾ ਜੇਲ੍ਹ ਦੇ ਵਿੱਚ ਵੈਸੇ ਹੀ ਜੈਮਸ ਵਗੈਰਾ ਨੇ ਔਰ ਉੱਥੋਂ ਵੀ ਵੇਰੀਫਾਈ ਕੀਤਾ ਉੱਥੇ ਕੋਈ ਇਹੋ ਜਿਹੀ ਇੰਟਰਵਿਊ ਆ ਉੱਥੇ ਮੋਬਾਈਲ ਚੱਲਦਾ ਹੀ ਨਹੀਂ ਗਏ ਇਨਫੈਕਟ ਉਹ ਜੈਮਰ ਨੇ ਤਾਂ 2 ਕਿਲੋਮੀਟਰ ਦੇ ਰੇਡੀਅਸ 'ਚ ਹੀ ਚੱਲਦੇ ਸੋ ਕਿਤੇ ਬਾਹਰ ਹੋਈ ਹੈ ਉਹ ਬਾਕੀ ਚੀਜ਼ਾਂ ਦੇ ਕਹਿ ਰਹੇ ਕਿਸੇ ਥਾਣੇ ਦੇ ਰਿਮਾਂਡ ਦੇ ਦੌਰਾਨ ਇਹ ਇੰਟਰਵਿਊ ਹੈ ਵੀਡੀਓ ਕਾਲ ਰਹੀ ਹੋਈ ਹੈ ਨਹੀਂ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਉਹ ਫੈਕਟਸ ਜਿਹੜੇ ਨੇ ਉਹ ਜਿਹੜੇ ਉਹ ਬਾਅਦ ਦੇ ਫੈਕਟਸ ਨੇ ਕਿਉਂਕਿ ਇਸ ਤੋਂ ਬਾਅਦ ਆਊਟ ਆਫ ਸਟੇਟ ਰਿਹਾ ਬਾਹਰ ਰਿਹਾ ਕਾਫੀ ਦੇਰ ਕੋਈ ਰਾਜਸਥਾਨ ਵਗੈਰਾ ਸੀ ਕੀ ਲੱਗਦਾ ਕਿੱਥੋਂ ਦੀ ਹੋ ਸਕਦੀ ਹੈ ਕੋਈ ਆਈਡੀਆ ਦੇਖਣਾ ਇਨਵੈਸਟੀਗੇਟ ਉਹ ਇਨਵੈਸਟੀਗੇਟ ਹੋ ਜਾਏਗਾ ਤੁਸੀਂ ਪਰਿਵਾਰ ਨੂੰ ਮਿਲਿਓ ਜੀ ਅੱਜ ਕੀ ਉਹਨਾਂ ਦੇ ਗਿੱਲੀ ਸ਼ਿਕਵੇ ਕਾਫੀ ਨਹੀਂ ਦੱਸੋ ਨਾਰਮਲੀ ਅਸੀਂ ਪਰਿਵਾਰ ਨੂੰ ਮਿਲਦੇ ਰਹੀਦਾ ਕਿਉਂਕਿ ਇਨਵੈਸਟੀਗੇਸ਼ਨ ਦੇ ਅਸੀਂ ਸਾਰੀ ਟੀਮ ਹੈਗੀ ਹੈ ਔਰ ਉਸ ਐਂਗਲ ਤੋਂ ਅਸੀਂ ਮਿਲਦੇ ਰਹੀਦਾ ਔਰ ਵੈਸੇ ਵੀ ਜਿਹੜਾ ਸਿਕਿਉਰਿਟੀ ਐਂਗਲ ਹੈ ਹੋਰ ਸਾਰੀਆਂ ਆਸਪੈਕਟਸ ਦੇ ਵਿੱਚ ਮਿਲਦੇ ਆ ਉਹਦੀ ਮੈਂ ਤੁਹਾਨੂੰ ਡਿਟੇਲ ਇਸ ਪੁਆਇੰਟ ਤੇ ਕੈਮਰੇ 'ਚ ਵੀ ਦੱਸ ਸਕਦਾ ਪੰਜਾਬੀ ਗਾਇਕ ਦੇ ਉਹਨਾਂ ਨੇ ਨਾਰਕੋ ਟੈਸਟ ਦੀ ਮੰਗ ਕੀਤੀ ਸੀ ਕਿੱਥੋਂ ਪਹੁੰਚੀ ਹੋਊਗਾ ਦੇਖੋ ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦੀਆਂ ਮੈਂ ਤੁਹਾਡੇ ਇਸ 'ਤੇ ਪੂਰੀ ਡਿਟੇਲ ਵੀ ਕਰ ਸਕਦਾ ਸੋ ਪਰਿਵਾਰ ਠੀਕ ਹੈਗਾ ਔਰ ਉਹਨਾਂ ਨਾਲ ਗੱਲਬਾਤ ਹੋਈ ਹੈ ਐਂਡ ਅਸੀਂ ਜਿਹੜੀ ਹੈ ਨੋਰਮਲੀ ਮਿਲਦੇ ਰਹੀਦਾ ਔਰ ਕਾਫੀ ਚੀਜ਼ਾਂ ਜਿਹੜੀਆਂ ਉਹਨਾਂ ਨਾਲ ਡਿਸਕਸ ਕਰਦੇ ਰਹਿੰਦੇ ਆ ਫੋਰ ਇਨਵੈਸਟੀਗੇਸ਼ਨ ਸਿਕਿਉਰਿਟੀ ਔਰ ਬਾਕੀ ਐਸਪੈਕਟਸ ਪਰਿਵਾਰ ਦੇ ਗਿੱਲੇ ਸ਼ਿਕਵੇ ਕਦੋਂ ਤੱਕ ਦੂਰ ਹੋ ਸਕਦੇ ਜੀ ਦੇਖੋ ਜਿਹੜੀਆਂ ਮਸਲੇ ਜਿਹੜੇ ਹੈ ਸੋ ਆਟੋਮੈਟਿਕਲੀ ਤੁਹਾਨੂੰ ਪਤਾ ਹੈ ਬਹੁਤ ਵੱਡੀ ਇਸ ਇੰਸੀਡੈਂਟ ਹੋਇਆ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਜਿਹੜੀ ਸਾਡੀ ਇਨਵੈਸਟੀਗੇਸ਼ਨ 'ਚ ਆਲਮੋਸਟ 29 ਤੋਂ ਵੱਧ ਜਿਹੜੇ ਕ੍ਰਿਮੀਨਲ ਆਲਰੇਡੀ ਅਰੈਸਟ ਹੋ ਚੁੱਕੇ ਆ ਬਾਕੀ ਦੇ ਜਿਹੜੇ ਬਾਹਰ ਨੇ ਉਹਨਾਂ ਦੇ ਨਾਲ ਬਾਕੀ ਏਜੰਸੀਜ਼ ਦੇ ਨਾਲ ਤਾਲਮੇਲ ਕਰਕੇ ਵੀ ਉਹਨਾਂ ਨੂੰ ਅਸੀਂ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਬਾਕੀ ਸਾਰਾ ਜਿਹੜਾ ਉਹ ਅਸੀਂ ਆਲਰੇਡੀ 2 ਚਲਾਨ ਵੀ ਦੇ ਚੁੱਕੇ ਹੈਗੇ ਹਾਂ ਸੋ ਇਹ ਜਿਹੜੀਆਂ ਆਲਮੋਸਟ ਜਿਹੜਾ ਕਿਉਂਕਿ ਬਾਹਰ ਦੇ ਵਿੱਚ ਉੱਥੇ ਡਿਫਰੈਂਟ ਲਾਅ ਹੁੰਦਾ ਸੋ ਇਟ ਵਿਲ ਟੇਕ ਟਾਈਮ ਐਂਡ ਅਲਟੀਮੇਟਲੀ ਜਿਹੜਾ ਹੈ ਉਹ ਇੱਕ ਲੌਜੀਕਲ ਐਂਡ ਤੱਕ ਆ ਸਰ ਸਿੱਧੂ ਮੂਸੇਵਾਲਾ ਜਿਹ ਐਸ ਆਈ ਟੀ ਬਣੀ ਆ ਤੁਸੀਂ ਐਸ ਆਈ ਟੀ ਦੇ ਮੁਖੀ ਹੋ ਇੱਕ ਤਾਂ ਸਿੱਧੂ ਮੂਸੇਵਾਲਾ ਦੇ ਮੇਨ ਅਕਿਊਜ਼ਾਂ ਨੇ 2 ਬੰਦੇ ਜੇਲ੍ਹ 'ਚ ਮਾਰ ਦਿੱਤੇ ਮਨ ਮਰਜ਼ੀ ਚੱਲਦੀ ਆ ਉਹਨਾਂ ਦੀ ਹੁਣ ਲਾਰੈਂਸ ਲਾਈਵ ਹੋ ਗਿਆ ਕਿਸੇ ਚੈਨਲ ਨੂੰ ਇੰਟਰਵਿਊ ਦੇ ਰਿਹਾ ਫਿਰ ਕਿੱਥੇ ਰਹਿ ਗਿਆ ਜੀ ਇਨਸਾਫ ਕਿਵੇਂ ਮਿਲੇਗਾ ਇਸ ਪਰਿਵਾਰ ਨੂੰ ਜਦੋਂ ਜਿਹੜੇ ਦੋਸ਼ੀ ਆ ਉਹ ਆਪਣੀ ਮਨ ਮਰਜ਼ੀ ਨਾਲ ਹਰ ਚੀਜ਼ ਪੂਰੀ ਕਰਦੇ ਆ ਦੇਖੋ ਜੇਲ੍ਹਾਂ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਅਲੱਗ ਵਿੰਗ ਹੁੰਦਾ ਔਰ ਜੇਲ੍ਹਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਲੋਕ ਕ੍ਰਿਮੀਨਲ ਜਿਹੜੇ ਆ ਉਹ ਉੱਥੇ ਬੰਦ ਨੇ ਔਰ ਆਪਸ ਦੇ ਵਿੱਚ ਹੀ ਪਹਿਲਾਂ ਸਾਰੇ ਇਸੇ ਕੇਸ 'ਚ ਹੀ ਬੰਦ ਸੀਗੇ ਆਪਸ ਦੇ ਵਿੱਚ ਹੀ ਕੌਨਫਲਿਕਟ ਹੋਇਆ ਲੜੇ ਨੇ ਔਰ ਜਿੱਥੋਂ ਤੱਕ ਇਹ ਹੈਗਾ ਕਿ ਵੀਡੀਓ ਵਗੈਰਾ ਉਹਦੀ ਅਸੀਂ ਇਨਵੈਸਟੀਗੇਟ ਕਰਦੇ ਹਾਂ ਔਰ ਇਹ ਲੇਕਿਨ ਬਠਿੰਡੇ ਜਾਂ ਇਸ ਸਾਡੇ ਏਰੀਏ ਦੇ ਨਹੀਂ ਸਰ ਜ਼ਿਲ੍ਹਿਆਂ ਦੇ ਵਿੱਚ ਜੈਂਬਰ ਨਹੀਂ ਲੱਗੇ ਹੈਗੇ ਉਸ ਦੇ ਵਿੱਚ ਫੌਜ ਨੂੰ ਲੈ ਕੇ ਲਗਾਤਾਰ ਕੋਈ ਨਾ ਕੋਈ ਵੀਡੀਓ ਜਿਹੜੀ ਸਾਹਮਣੇ ਆਉਂਦੀ ਜਿੱਥੇ ਹੁਣ ਰੱਖਿਆ ਹੋਇਆ ਉੱਥੇ ਉਹ ਲੱਗੇ ਹੋਏ ਨੇ ਜੈਂਬਰ ਔਰ ਬਿਲਕੁਲ ਜਿਹੜਾ ਉਹ ਸਿਕਿਓਰ ਹੈ ਥੈਂਕ ਯੂ ਠੀਕ ਹੈ ਸਰ ਥੈਂਕ ਯੂ ਥੈਂਕ ਯੂ ਨਹੀਂ ਦੇਖੋ ਇਹ ਤਾਂ ਜਿਹੜੀ ਕੋਈ ਪੰਜਾਬ ਦੀ ਜੇਲ੍ਹ ਨਹੀਂ ਜਿਹੜਾ ਕਿਉਂਕਿ ਜਿਹੜਾ ਲਾਰੈਂਸ ਬਿਸ਼ਨੋਈ ਹੈ ਤੁਹਾਨੂੰ ਪਤਾ ਹੀ ਹੈ ਕਿ ਇਹ ਤਾਂ 2-3 ਦਿਨ ਪਹਿਲਾਂ ਹੀ ਇੱਥੇ ਆਇਆ ਔਰ ਉਹ ਜਿਹੜੀ ਉੱਥੇ ਬਠਿੰਡਾ ਜੇਲ੍ਹ 'ਚ ਹੈ ਔਰ ਬਠਿੰਡਾ ਜੇਲ੍ਹ ਦੇ ਵਿੱਚ ਵੈਸੇ ਹੀ ਜੈਮਸ ਵਗੈਰਾ ਨੇ ਔਰ ਉੱਥੋਂ ਵੀ ਵੇਰੀਫਾਈ ਕੀਤਾ ਉੱਥੇ ਕੋਈ ਇਹੋ ਜਿਹੀ ਇੰਟਰਵਿਊ ਆ ਉੱਥੇ ਮੋਬਾਈਲ ਚੱਲਦਾ ਹੀ ਨਹੀਂ ਗਏ ਇਨਫੈਕਟ ਉਹ ਜੈਮਰ ਨੇ ਤਾਂ 2 ਕਿਲੋਮੀਟਰ ਦੇ ਰੇਡੀਅਸ 'ਚ ਹੀ ਚੱਲਦੇ ਸੋ ਕਿਤੇ ਬਾਹਰ ਹੋਈ ਹੈ ਉਹ ਬਾਕੀ ਚੀਜ਼ਾਂ ਕਹਿ ਰਹੇ ਕਿਸੇ ਥਾਣੇ ਦੇ ਰਿਮਾਂਡ ਦੇ ਦੌਰਾਨ ਇਹ ਇੰਟਰਵਿਊ ਵੀਡੀਓ ਕਾਲ ਰਹੀ ਨਹੀਂ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਉਹ ਫੈਕਟਸ ਜਿਹੜੇ ਨੇ ਉਹ ਜਿਹੜੇ ਉਹ ਬਾਅਦ ਦੇ ਫੈਕਟਸ ਨੇ ਕਿਉਂਕਿ ਇਸ ਤੋਂ ਬਾਅਦ ਆਊਟ ਆਫ ਸਟੇਟ ਰਿਹਾ ਬਾਹਰ ਰਿਹਾ ਕਾਫੀ ਦੇਰ ਕੋਈ ਰਾਜਸਥਾਨ ਵਗੈਰਾ ਸੀਗੇ
ਕੀ ਲੱਗਦਾ ਕਿੱਥੋਂ ਦੀ ਹੋ ਸਕਦੀ ਹੈ ਕੋਈ ਆਈਡੀਆ? ਤੁਸੀਂ ਪਰਿਵਾਰ ਨੂੰ ਮਿਲੇ ਹੋਈ ਅੱਜ, ਕੀ ਉਹਨਾਂ ਦੇ ਗਿੱਲੇ ਸ਼ਿਕਵੇ? ਕਾਫੀ ਨੋਰਮਲੀ ਅਸੀਂ ਪਰਿਵਾਰ ਨੂੰ ਮਿਲਦੇ ਰਹੀਦਾ, ਕਿਉਂਕਿ ਇਨਵੈਸਟੀਗੇਸ਼ਨ ਦੇ ਅਸੀਂ ਸਾਰੀ ਟੀਮ ਹੈਗੀ ਹੈ ਔਰ ਉਸ ਐਂਗਲ ਤੋਂ ਅਸੀਂ ਮਿਲਦੇ ਰਹੀਦਾ। ਔਰ ਵੈਸੇ ਵੀ ਜਿਹੜਾ ਸਕਿਉਰਿਟੀ ਐਂਗਲ ਹੈ, ਹੋਰ ਸਾਰੀਆਂ ਆਸਪੈਕਟਸ ਦੇ ਵਿੱਚ ਮਿਲਦੇ ਆ, ਉਹਦੀ ਮੈਂ ਤੁਹਾਨੂੰ ਡਿਟੇਲ ਇਸ ਪੁਆਇੰਟ 'ਤੇ ਕੈਮਰੇ 'ਚ ਵੀ ਦੱਸ ਸਕਦਾ। ਪੰਜਾਬੀ ਗਾਇਕ ਦੇ ਉਹਨਾਂ ਨੇ ਨਾਰਕੋ ਟੈਸਟ ਦੀ ਮੰਗ ਕੀਤੀ ਸੀ, ਕਿੱਥੋਂ ਤੱਕ ਪਹੁੰਚੀ ਹੋਊਗਾ? ਦੇਖੋ, ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦੀਆਂ, ਮੈਂ ਤੁਹਾਡੇ ਇਸ 'ਤੇ ਪੂਰੀ ਡਿਟੇਲ ਵੀ ਕਰ ਸਕਦਾ। ਸੋ ਪਰਿਵਾਰ ਠੀਕ ਹੈਗਾ ਔਰ ਉਹਨਾਂ ਨਾਲ ਗੱਲਬਾਤ ਹੋਈ ਹੈ ਐਂਡ ਅਸੀਂ ਜਿਹੜੀ ਹੈ ਨੋਰਮਲੀ ਮਿਲਦੇ ਰਹੀਦਾ ਔਰ ਕਾਫੀ ਚੀਜ਼ਾਂ ਜਿਹੜੀਆਂ ਉਹਨਾਂ ਨਾਲ ਡਿਸਕਸ ਕਰਦੇ ਰਹਿੰਦੇ ਆ ਫੋਰ ਇਨਵੈਸਟੀਗੇਸ਼ਨ, ਸਕਿਉਰਿਟੀ ਔਰ ਬਾਕੀ ਆਸਪੈਕਟਸ। ਪਰਿਵਾਰ ਦੇ ਗਿੱਲੇ ਸ਼ਿਕਵੇ ਕਦੋਂ ਤੱਕ ਦੂਰ ਹੋ ਸਕਦੇ? ਦੇਖੋ, ਜਿਹੜੀਆਂ ਮਸਲੇ ਜਿਹੜੇ ਹੈ ਸੋ ਆਟੋਮੈਟਿਕਲੀ ਤੁਹਾਨੂੰ ਪਤਾ ਹੈ, ਬਹੁਤ ਵੱਡੀ ਇਸ ਇੰਸੀਡੈਂਟ ਹੋਇਆ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਜਿਹੜੀ ਸਾਡੀ ਇਨਵੈਸਟੀਗੇਸ਼ਨ 'ਚ ਆਲਮੋਸਟ 29 ਤੋਂ ਵੱਧ ਜਿਹੜੇ ਕ੍ਰਿਮੀਨਲ ਆਲਰੇਡੀ ਅਰੈਸਟ ਹੋ ਚੁੱਕੇ ਆ, ਬਾਕੀ ਦੇ ਜਿਹੜੇ ਬਾਹਰ ਨੇ ਉਹਨਾਂ ਦੇ ਨਾਲ ਬਾਕੀ ਏਜੰਸੀਜ਼ ਦੇ ਨਾਲ ਤਾਲਮੇਲ ਕਰਕੇ ਵੀ ਉਹਨਾਂ ਨੂੰ ਅਸੀਂ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਬਾਕੀ ਸਾਰਾ ਜਿਹੜਾ ਉਹ ਅਸੀਂ ਆਲਰੇਡੀ 2 ਚਲਾਨ ਵੀ ਦੇ ਚੁੱਕੇ ਹੈਗੇ ਹਾਂ। ਸੋ ਇਹ ਜਿਹੜੀਆਂ ਆਲਮੋਸਟ ਜਿਹੜਾ, ਕਿਉਂਕਿ ਬਾਹਰ ਦੇ ਵਿੱਚ ਉੱਥੇ ਡਿਫਰੈਂਟ ਲਾਅ ਹੁੰਦਾ, ਸੋ ਇਟ ਵਿਲ ਟੇਕ ਟਾਈਮ ਐਂਡ ਅਲਟੀਮੇਟਲੀ ਜਿਹੜਾ ਹੈ ਉਹ ਇੱਕ ਲੌਜੀਕਲ ਐਂਡ ਤੱਕ ਆ ਗਿਆ। ਸਰ, ਸਿੱਧੂ ਮੂਸੇਵਾਲਾ ਜਿਹ 'ਚ ਐੱਸ ਆਈ ਟੀ ਬਣੀ ਆ, ਤੁਸੀਂ ਐੱਸ ਆਈ ਟੀ ਦੇ ਮੁਖੀ ਹੋ, ਇੱਕ ਤਾਂ ਸਿੱਧੂ ਮੂਸੇਵਾਲਾ ਦੇ ਮੇਨ ਅਕਿਊਜ਼ਾਂ ਨੇ 2 ਬੰਦੇ ਜੇਲ੍ਹ 'ਚ ਮਾਰ ਦਿੱਤੇ, ਮਨ ਮਰਜ਼ੀ ਚੱਲਦੀ ਹੈ ਉਹਨਾਂ ਦੀ, ਹੁਣ ਲਾਰੈਂਸ ਲਾਈਵ ਹੋ ਗਿਆ ਕਿਸੇ ਚੈਨਲ ਨੂੰ ਇੰਟਰਵਿਊ ਦੇ ਰਿਹਾ, ਫਿਰ ਕਿੱਥੇ ਰਹਿ ਗਿਆ ਜੀ ਇਨਸਾਫ? ਕਿਵੇਂ ਮਿਲੇਗਾ ਇਸ ਪਰਿਵਾਰ ਨੂੰ ਜਦੋਂ ਜਿਹੜੇ ਦੋਸ਼ੀ ਆ ਉਹ ਆਪਣੀ ਮਨ ਮਰਜ਼ੀ ਨਾਲ ਹਰ ਚੀਜ਼ ਪੂਰੀ ਕਰਦੇ ਆ? ਦੇਖੋ, ਜੇਲ੍ਹਾਂ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਅਲੱਗ ਵਿੰਗ ਹੁੰਦਾ ਔਰ ਜੇਲ੍ਹਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਲੋਕ ਕ੍ਰਿਮੀਨਲ ਜਿਹੜੇ ਆ ਉਹ ਉੱਥੇ ਬੰਦ ਨੇ ਔਰ ਆਪਸ ਦੇ ਵਿੱਚ ਹੀ, ਪਹਿਲਾਂ ਸਾਰੇ ਇਸੇ ਕੇਸ 'ਚ ਹੀ ਬੰਦ ਸੀਗੇ, ਆਪਸ ਦੇ ਵਿੱਚ ਹੀ ਕੌਨਫਲਿਕਟ ਹੋਇਆ, ਲੜੇ ਨੇ ਔਰ ਜਿੱਥੋਂ ਤੱਕ ਇਹ ਹੈਗਾ ਕਿ ਵੀਡੀਓ ਵਗੈਰਾ ਉਹਦੀ ਅਸੀਂ ਇਨਵੈਸਟੀਗੇਟ ਕਰਦੇ ਹਾਂ ਔਰ ਇਹ, ਲੇਕਿਨ ਬਠਿੰਡੇ ਜਾਂ ਇਸ ਸਾਡੇ ਏਰੀਏ ਦੇ ਨਹੀਂ। ਸਰ, ਜੇਲ੍ਹਾਂ ਦੇ ਵਿੱਚ ਜੈਂਬਰ ਨਹੀਂ ਲੱਗੇ ਹੈਗੇ? ਲਗਾਤਾਰ ਕੋਈ ਨਾ ਕੋਈ ਵੀਡੀਓ ਜਿਹੜੀ ਸਾਹਮਣੇ ਆਉਂਦੀ, ਜਿੱਥੇ ਹੁਣ ਰੱਖਿਆ ਹੋਇਆ ਉੱਥੇ ਉਹ ਲੱਗੇ ਹੋਏ ਨੇ ਜੈਂਬਰ ਔਰ ਬਿਲਕੁਲ ਜਿਹੜਾ ਉਹ ਸਿਕਿਓਰ ਹੈ। ਥੈਂਕ ਯੂ, ਠੀਕ ਹੈ। ਨਹੀਂ, ਦੇਖੋ ਇਹ ਤਾਂ ਜਿਹੜੀ ਕੋਈ ਪੰਜਾਬ ਦੀ ਜੇਲ੍ਹ ਨਹੀਂ ਜਿਹੜਾ, ਕਿਉਂਕਿ ਜਿਹੜਾ ਲਾਰੈਂਸ ਬਿਸ਼ਨੋਈ ਹੈ ਤੁਹਾਨੂੰ ਪਤਾ ਹੀ ਹੈ ਕਿ ਇਹ ਤਾਂ 2-3 ਦਿਨ ਪਹਿਲਾਂ ਹੀ ਇੱਥੇ ਆਇਆ ਔਰ ਉਹ ਜਿਹੜੀ ਉੱਥੇ ਬਠਿੰਡਾ ਜੇਲ੍ਹ 'ਚ ਹੈ ਔਰ ਬਠਿੰਡਾ ਜੇਲ੍ਹ ਦੇ ਵਿੱਚ ਵੈਸੇ ਹੀ ਜੈਮਸ ਵਗੈਰਾ ਨੇ ਔਰ ਉੱਥੋਂ ਵੀ ਵੇਰੀਫਾਈ ਕੀਤਾ, ਉੱਥੇ ਕੋਈ ਇਹੋ ਜਿਹੀ ਇੰਟਰਵਿਊ ਆ, ਉੱਥੇ ਮੋਬਾਈਲ ਚੱਲਦੇ ਹੀ ਨਹੀਂ ਗਏ, ਇਨਫੈਕਟ ਉਹ ਜੈਮਰ ਨੇ ਤਾਂ 2 ਕਿਲੋਮੀਟਰ ਦੇ ਰੇਡੀਅਸ 'ਚ ਨਹੀਂ ਚੱਲਦੇ। ਸੋ ਕਿਤੇ ਬਾਹਰ ਹੋਈ ਹੈ ਉਹ, ਬਾਕੀ ਚੀਜ਼ਾਂ ਦੇ ਕਹਿ ਰਹੇ ਕਿਸੇ ਥਾਣੇ ਦੇ ਰਿਮਾਂਡ ਦੇ ਦੌਰਾਨ ਇਹ ਇੰਟਰਵਿਊ ਹੈ, ਵੀਡੀਓ ਕਾਲ ਰਹੀ ਹੋਈ ਹੈ? ਨਹੀਂ, ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਉਹ ਫੈਕਟਸ ਜਿਹੜੇ ਨੇ ਉਹ ਜਿਹੜੇ ਉਹ ਬਾਅਦ ਦੇ ਫੈਕਟਸ ਨੇ, ਕਿਉਂਕਿ ਇਸ ਤੋਂ ਬਾਅਦ ਆਊਟ ਆਫ ਸਟੇਟ ਰਿਹਾ, ਬਾਹਰ ਰਿਹਾ ਕਾਫੀ ਦੇਰ, ਕੋਈ ਰਾਜਸਥਾਨ ਵਗੈਰਾ ਸੀ। ਕੀ ਲੱਗਦਾ ਕਿੱਥੋਂ ਦੀ ਹੋ ਸਕਦੀ ਹੈ ਕੋਈ ਆਈਡੀਆ? ਉਹ ਇਨਵੈਸਟੀਗੇਟ ਹੋ ਜਾਏਗਾ। ਤੁਸੀਂ ਪਰਿਵਾਰ ਨੂੰ ਮਿਲੇ ਹੋਈ ਅੱਜ, ਕੀ ਉਹਨਾਂ ਦੇ ਗਿੱਲੇ ਸ਼ਿਕਵੇ? ਕਾਫੀ ਨੋਰਮਲੀ ਅਸੀਂ ਪਰਿਵਾਰ ਨੂੰ ਮਿਲਦੇ ਰਹੀਦਾ, ਕਿਉਂਕਿ ਇਨਵੈਸਟੀਗੇਸ਼ਨ ਦੇ ਅਸੀਂ ਸਾਰੀ ਟੀਮ ਹੈਗੀ ਹੈ ਔਰ ਉਸ ਐਂਗਲ ਤੋਂ ਅਸੀਂ ਮਿਲਦੇ ਰਹੀਦਾ। ਔਰ ਵੈਸੇ ਵੀ ਜਿਹੜਾ ਸਕਿਉਰਿਟੀ ਐਂਗਲ ਹੈ ਹੋਰ ਸਾਰੀਆਂ ਆਸਪੈਕਟਸ ਦੇ ਵਿੱਚ ਮਿਲਦੇ ਆ, ਉਹਦੀ ਮੈਂ ਤੁਹਾਨੂੰ ਡਿਟੇਲ ਇਸ ਪੁਆਇੰਟ 'ਤੇ ਕੈਮਰੇ 'ਚ ਵੀ ਦੱਸ ਸਕਦਾ। ਪੰਜਾਬੀ ਗਾਇਕ ਦੇ ਉਹਨਾਂ ਨੇ ਨਾਰਕੋ ਟੈਸਟ ਦੀ ਮੰਗ ਕੀਤੀ ਸੀ, ਕਿੱਥੋਂ ਤੱਕ ਪਹੁੰਚੀ ਹੋਊਗਾ? ਦੇਖੋ, ਇਹ ਸਾਰੀਆਂ ਚੀਜ਼ਾਂ ਇਨਵੈਸਟੀਗੇਸ਼ਨ ਦੀਆਂ, ਮੈਂ ਤੁਹਾਡੇ ਇਸ 'ਤੇ ਪੂਰੀ ਡਿਟੇਲ ਵੀ ਕਰ ਸਕਦਾ। ਸੋ ਪਰਿਵਾਰ ਠੀਕ ਹੈਗਾ ਔਰ ਉਹਨਾਂ ਨਾਲ ਗੱਲਬਾਤ ਹੋਈ ਹੈ ਐਂਡ ਅਸੀਂ ਜਿਹੜੀ ਹੈ ਨੋਰਮਲੀ ਮਿਲਦੇ ਰਹੀਦਾ ਔਰ ਕਾਫੀ ਚੀਜ਼ਾਂ ਜਿਹੜੀਆਂ ਉਹਨਾਂ ਨਾਲ ਡਿਸਕਸ ਕਰਦੇ ਰਹਿੰਦੇ ਆ ਫੋਰ ਇਨਵੈਸਟੀਗੇਸ਼ਨ, ਸਕਿਉਰਿਟੀ ਔਰ ਬਾਕੀ ਆਸਪੈਕਟਸ। ਪਰਿਵਾਰ ਦੇ ਗਿੱਲੇ ਸ਼ਿਕਵੇ ਕਦੋਂ ਤੱਕ ਦੂਰ ਹੋ ਸਕਦੇ? ਦੇਖੋ, ਜਿਹੜੀਆਂ ਮਸਲੇ ਜਿਹੜੇ ਹੈ ਸੋ ਆਟੋਮੈਟਿਕਲੀ ਤੁਹਾਨੂੰ ਪਤਾ ਹੈ ਬਹੁਤ ਵੱਡੀ ਇਸ ਇੰਸੀਡੈਂਟ ਹੋਇਆ ਔਰ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਜਿਹੜੀ ਸਾਡੀ ਇਨਵੈਸਟੀਗੇਸ਼ਨ 'ਚ ਆਲਮੋਸਟ 29 ਤੋਂ ਵੱਧ ਜਿਹੜੇ ਕ੍ਰਿਮੀਨਲ ਆਲਰੇਡੀ ਅਰੈਸਟ ਹੋ ਚੁੱਕੇ ਆ, ਬਾਕੀ ਦੇ ਜਿਹੜੇ ਬਾਹਰ ਨੇ ਉਹਨਾਂ ਦੇ ਨਾਲ ਬਾਕੀ ਏਜੰਸੀਜ਼ ਦੇ ਨਾਲ ਤਾਲਮੇਲ ਕਰਕੇ ਵੀ ਉਹਨਾਂ ਨੂੰ ਅਸੀਂ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਔਰ ਬਾਕੀ ਸਾਰਾ ਜਿਹੜਾ ਉਹ ਅਸੀਂ ਆਲਰੇਡੀ 2 ਚਲਾਨ ਵੀ ਦੇ ਚੁੱਕੇ ਹੈਗੇ ਹਾਂ। ਸੋ ਇਹ ਜਿਹੜੀਆਂ ਆਲਮੋਸਟ ਜਿਹੜਾ, ਕਿਉਂਕਿ ਬਾਹਰ ਦੇ ਵਿੱਚ ਉੱਥੇ ਡਿਫਰੈਂਟ ਲਾਅ ਹੁੰਦਾ, ਸੋ ਇਟ ਵਿਲ ਟੇਕ ਟਾਈਮ ਐਂਡ ਅਲਟੀਮੇਟਲੀ ਜਿਹੜਾ ਹੈ ਉਹ ਇੱਕ ਲੌਜੀਕਲ ਐਂਡ ਤੱਕ ਆ ਗਿਆ। ਸਰ, ਸਿੱਧੂ ਮੂਸੇਵਾਲਾ ਜਿਹ 'ਚ ਐੱਸ ਆਈ ਟੀ ਬਣੀ ਆ, ਤੁਸੀਂ ਐੱਸ ਆਈ ਟੀ ਦੇ ਮੁਖੀ ਹੋ, ਇੱਕ ਤਾਂ ਸਿੱਧੂ ਮੂਸੇਵਾਲਾ ਦੇ ਮੇਨ ਅਕਿਊਜ਼ਾਂ ਨੇ 2 ਬੰਦੇ ਜੇਲ੍ਹ 'ਚ ਮਾਰ ਦਿੱਤੇ, ਮਨ ਮਰਜ਼ੀ ਚੱਲਦੀ ਹੈ ਉਹਨਾਂ ਦੀ, ਹੁਣ ਲਾਰੈਂਸ ਲਾਈਵ ਹੋ ਗਿਆ ਕਿਸੇ ਚੈਨਲ ਨੂੰ ਇੰਟਰਵਿਊ ਦੇ ਰਿਹਾ, ਫਿਰ ਕਿੱਥੇ ਰਹਿ ਗਿਆ ਜੀ ਇਨਸਾਫ? ਕਿਵੇਂ ਮਿਲੇਗਾ ਇਸ ਪਰਿਵਾਰ ਨੂੰ ਜਦੋਂ ਜਿਹੜੇ ਦੋਸ਼ੀ ਆ ਉਹ ਆਪਣੀ ਮਨ ਮਰਜ਼ੀ ਨਾਲ ਹਰ ਚੀਜ਼ ਪੂਰੀ ਕਰਦੇ ਆ? ਦੇਖੋ, ਜੇਲ੍ਹਾਂ ਦੇ ਵਿੱਚ ਜਿਹੜਾ ਹੈਗਾ ਉਹ ਇੱਕ ਅਲੱਗ ਵਿੰਗ ਹੁੰਦਾ ਔਰ ਜੇਲ੍ਹਾਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਲੋਕ ਕ੍ਰਿਮੀਨਲ ਜਿਹੜੇ ਆ ਉਹ ਉੱਥੇ ਬੰਦ ਨੇ ਔਰ ਆਪਸ ਦੇ ਵਿੱਚ ਹੀ, ਪਹਿਲਾਂ ਸਾਰੇ ਇਸੇ ਕੇਸ 'ਚ ਹੀ ਬੰਦ ਸੀਗੇ, ਆਪਸ ਦੇ ਵਿੱਚ ਹੀ ਕੌਨਫਲਿਕਟ ਹੋਇਆ, ਲੜੇ ਨੇ
ਔਰ ਜਿੱਥੋਂ ਤੱਕ ਇਹ ਹੈਗਾ ਕਿ ਵੀਡੀਓ ਵਗੈਰਾ ਉਹਦੀ ਅਸੀਂ ਇਨਵੈਸਟੀਗੇਟ ਕਰਦੇ ਹਾਂ ਔਰ ਇਹ ਲੇਕਿਨ ਬਠਿੰਡੇ ਜਾਂ ਇਸ ਸਾਡੇ ਏਰੀਏ ਦੇ ਨਹੀਂ ਸਰ ਜ਼ਿਲ੍ਹਿਆਂ ਦੇ ਵਿੱਚ ਜੈਂਬਰ ਨਹੀਂ ਲੱਗੇ ਹੈਗੇ ਲਗਾਤਾਰ ਕੋਈ ਨਾ ਕੋਈ ਵੀਡੀਓ ਜਿਹੜੀ ਸਾਹਮਣੇ ਆਉਂਦੀ ਜਿੱਥੇ ਹੁਣ ਰੱਖਿਆ ਹੋਇਆ ਉੱਥੇ ਉਹ ਲੱਗੇ ਹੋਏ ਨੇ ਜੈਂਬਰ ਔਰ ਬਿਲਕੁਲ ਜਿਹੜਾ ਉਹ ਸਿਕਿਓਰ ਹੈ ਥੈਂਕ ਯੂ ਨਹੀਂ ਦੇਖੋ ਇਹ ਤਾਂ ਜਿਹੜੀ ਕੋਈ ਪੰਜਾਬ ਦੀ ਜੇਲ੍ਹ ਨਹੀਂ ਜਿਹੜਾ ਕਿਉਂਕਿ ਜਿਹੜਾ ਲੋਰੈਂਸ ਬਿਸ਼ਨੋਈ ਹੈ ਤੁਹਾਨੂੰ ਪਤਾ ਹੀ ਹੈ ਕਿ ਇਹ ਤਾਂ ਦੋ ਤਿੰਨ ਦਿਨ ਪਹਿਲਾਂ ਹੀ ਇੱਥੇ ਆਇਆ ਔਰ ਉਹ ਜਿਹੜੀ ਉੱਥੇ ਬਠਿੰਡਾ ਜੇਲ੍ਹ 'ਚ ਹੈ ਔਰ ਬਠਿੰਡਾ ਜੇਲ੍ਹ ਦੇ ਵਿੱਚ ਵੈਸੇ ਹੀ ਜੈਮਸ ਵਗੈਰਾ ਨੇ ਔਰ ਉੱਥੋਂ ਵੀ ਵੇਰੀਫਾਈ ਕੀਤਾ ਉੱਥੇ ਕੋਈ ਇਹੋ ਜਿਹੀ ਇੰਟਰਵਿਊ ਆ ਉੱਥੇ ਮੋਬਾਈਲ ਚੱਲਦੇ ਹੀ ਨਹੀਂ ਗਏ ਇਨਫੈਕਟ ਉਹ ਜੈਮਰ ਨੇ ਤਾਂ 2 ਕਿਲੋਮੀਟਰ ਦੇ ਰੇਡੀਅਸ 'ਚ ਨਹੀਂ ਚੱਲਦੇ ਸੋ ਕਿਤੇ ਬਾਹਰ ਹੋਈ ਹੈ ਉਹ ਬਾਕੀ ਚੀਜ਼ਾਂ ਕਹਿ ਰਹੇ ਕਿਸੇ ਥਾਣੇ ਦੇ ਰਿਮਾਂਡ ਦੇ ਦੌਰਾਨ ਇਹ ਇੰਟਰਵਿਊ ਹੈ ਵੀਡੀਓ ਕਾਲ ਰਹੀ ਹੋਈ ਹੈ ਨਹੀਂ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਉਹ ਫੈਕਟਸ ਜਿਹੜੇ ਨੇ ਉਹ ਜਿਹੜੇ ਉਹ ਬਾਅਦ ਦੇ ਫੈਕਟਸ ਨੇ ਕਿਉਂਕਿ ਇਸ ਤੋਂ ਬਾਅਦ ਆਊਟ ਆਫ ਸਟੇਟ ਰਿਹਾ ਬਾਹਰ ਰਿਹਾ ਕਾਫੀ ਦੇਰ ਕੋਈ ਰਾਜਸਥਾਨ ਵਗੈਰਾ ਸੀ ਕੀ ਲੱਗਦਾ ਕਿੱਥੋਂ ਦੀ ਹੋ ਸਕਦੀ ਹੈ ਕੋਈ ਆਈਡੀਆ ਉਹ ਇਨਵੈਸਟੀਗੇਟ ਹੋ ਜਾਏਗਾ ਤੁਸੀਂ ਪਰਿਵਾਰ ਨੂੰ ਮਿਲੇ ਹੋਈ ਹੈ ਜੇ ਕੀ ਉਹਨਾਂ ਦੇ ਗਿੱਲੀ ਸ਼ਿਕਵੇ ਕਾਫੀ ਨੋਰਮਲੀ ਅਸੀਂ ਪਰਿਵਾਰ ਨੂੰ ਮਿਲਦੇ ਰਹੀਦਾ ਕਿਉਂਕਿ ਇਨਵੈਸਟੀਗੇਸ਼ਨ ਦੇ ਅਸੀਂ ਸਾਰੀ ਟੀਮ ਹੈਗੀ ਹੈ ਔਰ ਉਸ ਐਂਗਲ ਤੋਂ ਅਸੀਂ ਮਿਲਦੇ ਰਹੀਦਾ ਔਰ ਵੈਸੇ ਵੀ ਜਿਹੜਾ ਸਿਕਿਉਰਿਟੀ ਐਂਗਲ ਹੈ ਹੋਰ ਸਾਰੀਆਂ ਆਸਪੈਕਟਸ ਦੇ ਵਿੱਚ ਮਿਲਦੇ ਆ ਉਹਦੀ ਮੈਂ ਤੁਹਾਨੂੰ ਡਿਟੇਲ ਇਸ ਪੁਆਇੰਟ 'ਤੇ ਕੈਮਰੇ 'ਚ ਵੀ ਦੱਸ ਸਕਦਾ ਪੰਜਾਬੀ ਗਾਇਕ ਦੇ ਉਹਨਾਂ ਨੇ ਨਾਰਕੋ ਟੈਸਟ ਦੀ ਮੰਗ ਕੀਤੀ ਸੀ ਕਿੱਥੋਂ ਤੱਕ ਪਹੁੰਚੀ ਹੋਊਗਾ